ਇਹ ਦ੍ਰਿਸ਼ ਜੋ ਤੁਸੀਂ ਵੇਖ ਰਹੇ ਹੋ ਮੁਕਤਸਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਧਾਮਕੋਟ ਤੇ ਭੂੰਦੜ ਦੇ ਹਨ, ਜਿੱਥੇ ਵਾਢੀ ਦੇ ਨੇੜੇ ਤਿਆਰ ਕਿਸਾਨਾਂ ਦੀ 100 ਏਕੜ ਫਸਲ ਸੜ ਕੇ ਸਵਾਹ ਹੋ ਗਈ। ਅੱਗ ਲੱਗਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ, ਪਰ ਉਦੋਂ ਤੱਕ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ। ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ ਫਾਇਰ ਬ੍ਰਿਗੇਡ ਨੂੰ ਵੀ ਅੱਗ ਬੁਝਾਉਣ ਵਾਸਤੇ ਬਹੁਤ ਮੁਸ਼ਕਤ ਕਰਨੀ ਪਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਠੋਸ ਪਤਾ ਨਹੀਂ ਲੱਗ ਸਕਿਆ, ਪਰ ਪੀੜਤ ਕਿਸਾਨਾਂ ਦੇ ਦੱਸਣ ਅਨੁਸਾਰ ਖੇਤਾਂ ਵਿੱਚ ਟਰੈਕਟਰ ਨਾਲ ਕੰਮ ਕੀਤਾ ਜਾ ਰਿਹਾ ਸੀ। ਇਸੇ ਦਰਮਿਆਨ ਟਰੈਕਟਰ 'ਚੋਂ ਚਿੰਗਾਰੀ ਨਿਕਲੀ ਤੇ ਪੱਕੀ ਫਸਲ ਦੇ ਵਿਨਾਸ਼ ਦਾ ਕਾਰਨ ਬਣੀ। ਰੇੜੀਆਂ ਦਾ ਜਿਵੇਂ ਵਾਹਵਾ ਮਤਲਬ 70-75 ਕਿੱਲੇ ਦਾ ਹਿਸਾਬ ਹੋਣਾ ਤੇ, ਪਰ ਮੇਰਾ ਇਹਦੇ 9 ਏਕੜ ਇਕੱਲੇ ਦਾ ਜ਼ਿਆਦਾ ਨੁਕਸਾਨ ਹੋਇਆ। 9 ਏਕੜ ਮੈਂ ਠੇਕੇ 'ਤੇ ਕੁਛ ਬਣਦਾ ਸੀ, ਕੁਛ ਆਪਦਾ ਸੀ। ਤੁਹਾਡੀ ਆਪਦੀ ਕਿੰਨੀ ਸੀ? 3 ਏਕੜ ਮੇਰੀ ਆਪਦੀ ਸੀ, 3-3 ਏਕੜ ਮੈਂ ਆਪਦੇ ਭਾਈਆਂ ਦੀ ਬਣਦਾ ਸੀ ਠੇਕੇ 'ਤੇ। ਹਾਂਜੀ, 9 ਏਕੜ ਦਾ ਰਕਬਾ ਤੁਹਾਡਾ ਜਲ ਚੁੱਕਿਆ? ਹਾਂ, ਜਲ ਚੁੱਕਿਆ। 9 ਹੀ ਸੀ ਜੀ, 9 ਦਾ 9 ਹੀ ਸੜ ਗਿਆ। ਕੋਈ ਕਾਰਨ ਦਾ ਪਤਾ ਲੱਗਿਆ ਜੀ? ਕਿਸ ਕਾਰਨ ਜੀ? ਟਰੈਕਟਰ ਵਿੱਚ ਵਜਨ ਸੀ, ਟਰੈਕਟਰ ਖੁੱਭ ਗਿਆ। ਟਰੈਕਟਰ ਨੇ ਜਦੋਂ ਉਹਦੇ ਮਗਰ ਟਰੈਕਟਰ ਪਾਇਆ, ਮੈਂ ਨਹੀਂ ਕੋਲੇ ਮੌਜੂਦਾ, ਪਰ ਮੇਰਾ ਭਾਈ ਦੱਸਦਾ, ਮੇਰੇ ਮੁੰਡੇ ਦੱਸਦੇ ਆ, ਟਰੈਕਟਰ ਤਾਂ ਪਾਇਆ ਨਹੀਂ ਜੀ। ਅਤੇ ਉਹਦੇ ਵਿੱਚ ਜਦੋਂ ਖੁੱਭ ਗਿਆ ਟਰੈਕਟਰ ਨਾਲ, ਅਤੇ ਉਸ ਤੋਂ ਹਜੇ ਮੌਕੇ 'ਤੇ ਵੇਖਿਆ ਜਾਵੇ ਜਿੱਥੋਂ ਅੱਗ ਚੱਲੀ ਆ ਉੱਥੇ ਟਰੈਕਟਰ ਖੜ੍ਹੇ ਆ, ਉਹ ਵਜਨ ਤੋਂ ਬਾਹਲਾ ਲੋਡ ਸੀ। ਮੰਨ ਲਓ 25 ਕਿੱਲੇ ਸਾਹਮਣੇ ਮੱਚ ਗਈ ਸਰ। ਤੁਹਾਡੀ ਆਪਦੀ ਸੀ? ਹਾਂਜੀ। ਠੇਕੇ 'ਤੇ ਲਈ? ਨਹੀਂ ਨਹੀਂ, ਮੇਰੇ ਆਪਦੀ ਸੀਗੀ। ਆਪਦੀ ਸੀ? ਹਾਂਜੀ। ਕਟਾਈ ਦੇ ਦੌਰਾਨ ਹੋਈ ਹੈ ਜਾਂ ਕਿਸੇ ਹੋਰ ਕਿਸ ਚੀਜ਼ ਦਾ ਅੱਗ ਲੱਗੀ? ਨਹੀਂ ਪਤਾ ਨਹੀਂ, ਜਿਵੇਂ ਤੁਹਾਨੂੰ ਮੈਂ ਕਹਿੰਦਾ ਜੀ ਟਰੈਕਟਰ ਤਾਂ ਪਹੀ 'ਤੇ ਜਾ ਵੜਿਆ ਜੀ, ਜਿਵੇਂ ਕਹਿੰਦੇ ਪਹੀ 'ਤੇ ਨਹੀਂ, ਟਰੈਕਟਰ ਵਿੱਚ ਨਹੀਂ ਸੀਗਾ, ਟਰੈਕਟਰ ਪਹੀ 'ਤੇ ਜਾ ਵੜਿਆ, ਟਰੈਕਟਰ ਲਈ ਜਾਂਦਾ ਮੁੰਡਾ। ਮੈਂ ਤਾਂ ਮਗਰੋਂ ਜੋ ਭੱਜਾ ਆਉਂਦਾ ਸੀਗਾ, ਮੇਰੇ ਵੇਖਿਆ ਮਗਲੇ ਪਾਸ ਮੁੜ ਕੇ ਜਦੋਂ ਅੱਗ ਲੱਗੀ ਵੀ, ਫਿਰ ਮੈਂ ਜਾ ਕੇ ਵਜਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਜੀ, ਮੁੜ ਕੇ ਵੱਧ ਗਈ ਹੋਣੀ। ਉੱਥੇ ਹੀ ਨਾਇਬ ਤਹਿਸੀਲਦਾਰ ਗਿੱਦੜਬਾਹਾ ਅਨਿਲ ਕੁਮਾਰ ਅਤੇ ਖੇਤੀਬਾੜੀ ਵਿਭਾਗ ਦੇ ਮੁਖੀ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲ ਕਰਦਿਆਂ ਤਹਿਸੀਲਦਾਰ ਨੇ ਸਾਰੀ ਵਿਥਿਆ ਬਾਰੇ ਦੱਸਿਆ ਤੇ ਕਿਹਾ ਕਿ ਪਟਵਾਰੀਆਂ ਦੁਆਰਾ ਨੁਕਸਾਨੀ ਜ਼ਮੀਨ ਦੀ ਮਿੰਤੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਬਣਦੇ ਮੁਆਵਜ਼ੇ ਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਹ ਰਕਬਾ ਪਿੰਡ ਭੂੰਦੜ ਦਾ ਹੈ ਜੀ, ਤੇ ਇੱਥੇ ਪਤਾ ਲੱਗਿਆ ਵੀ ਅੱਗ ਲੱਗੀ ਹੈ। ਐਕੋਰੇਟ ਤਾਂ ਅਸੀਂ ਪਟਵਾਰੀਆਂ ਲਾਤੇ ਨੇ, ਚਾਰੇ ਪਾਸੇ ਜਾ ਕੇ ਮਿਣ ਕੇ ਇੱਕ ਇੱਕ ਖਸਰਾ ਨੰਬਰ, ਕਿਹੜਾ ਮਾਲਕ ਹੈ, ਕਿਹਦੀ ਕਾਸਤ ਹੈਗੀ ਹੈ, ਸਾਰੀ ਰਿਪੋਰਟ ਐਕੋਰੇਟ ਕਿੱਲਿਆਂ ਦਾ ਤਾਂ ਉਸ ਤੋਂ ਪਤਾ ਲੱਗੇਗਾ ਜੀ। ਨੁਕਸਾਨ ਬਹੁਤ ਹੋਇਆ, ਬਹੁਤ ਮਾੜਾ ਆ। ਜਿਨ੍ਹਾਂ ਨੇ 6 ਮਹੀਨੇ ਫਸਲ ਵਿਚਾਰਿਆਂ ਨੇ ਪਾਲੀ ਹੈਗੀ ਤਾਂ ਹੁਣ ਮੌਕੇ ਦੇ ਉੱਤੇ ਆ ਕੇ ਵਿਚਾਰਿਆਂ ਦੇ ਹੋਇਆ, ਬਹੁਤ ਹੀ ਮਾੜਾ ਆ। ਇੱਥੇ ਆ ਕੇ ਪਤਾ ਲੱਗਿਆ ਸੀ ਪਿੰਡ ਵਾਲਿਆਂ ਅਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਅੱਗ ਬੁਝਾਤੀ ਸੀ, ਅਤੇ ਅਸੀਂ ਆਏ ਹਾਂ ਜਿਵੇਂ ਹੀ ਉਹ ਬੰਦਿਆਂ ਦੀ ਰਿਪੋਰਟ ਤਿਆਰ ਹੋ ਜਾਂਦੀ ਹੈ ਕਿਹਦੀ ਕਿਹਦੀ ਕਿੰਨੀ ਕਿੰਨੀ ਕਣਕ ਸੀਗੀ, ਉਸ ਮੁਤਾਬਕ ਅਸੀਂ ਗੌਰਮੈਂਟ ਨੂੰ ਉੱਪਰ ਡੀ ਸਾਹਿਬ ਦੇ ਰਾਹੀਂ ਗੌਰਮੈਂਟ ਨੂੰ ਇਹਨਾਂ ਦੇ ਮੁਆਵਜ਼ੇ ਵਾਸਤੇ ਸਿਫਾਰਸ਼ ਕਰਕੇ ਭੇਜਦੇ ਹਾਂ। ਸੱਚਮੁੱਚ ਕਿਸਾਨ ਦਾ ਫਸਲ ਬੀਜਣ ਤੋਂ ਲੈ ਕੇ ਮੁਕਾਮ ਤੱਕ ਪਹੁੰਚਾਉਣ ਦਾ ਸਫ਼ਰ ਬਹੁਤ ਹੀ ਸੰਘਰਸ਼ਸ਼ੀਲ ਹੈ। ਆਖਿਰ ਕਿਉਂ ਸੱਚੀ ਕਿਰਤ ਕਰਨ ਵਾਲੇ ਕਿਸਾਨ ਨਾਲ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕਿਉਂ ਮਿਹਤਾਨੇ ਦਾ ਮੁੱਲ ਮਿਲਣ ਵੇਲੇ ਉਹਨਾਂ ਦਾ ਖੀਸਾ ਖਾਲੀ ਰਹਿ ਜਾਂਦਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।